ਸਾਡਾ ਪਛਤਾਪ ਆਉਂਦਾ ਓਏ, ਐਵੇਂ ਖੱਜਲ ਖੁਆਰ ਆਉਂਦੇ ਰਹੇ ਤੇ ਇਤਨਾ ਸੌਖਾ ਕੰਮ ਸੀ। ਪ੍ਰਾਪਤੀ ਤੋਂ ਬਾਅਦ ਪਤਾ ਚੱਲਦਾ ਉਂਝ ਨਹੀਂ, ਇਹ ਤੇ ਐਵੇਂ ਟਕਰਾ ਮਾਰਦਾ, ਇਹਦੇ ਕੁਛ ਵੀ ਨਹੀਂ ਸੀ। ਔਰ ਜੋ ਕੁਛ ਕਰਦੇ ਰਹਿਆ ਉਹ ਗਲਤ ਕਰਦੇ ਰਹਿਆ, ਗਲਤ ਕਰਨ ਨੇ ਥਕਾਇਆ, ਗਲਤ ਕਰ ਕਰਕੇ ਟੁੱਟ ਗਏ। ਜਿਹਦੇ ਉੱਤੇ ਧਾਰਮਿਕ ਅਨੁਭਵੀ ਪੁਰਸ਼ ਕਹਿੰਦੇ ਨੇ ਘਰ ਦੇ ਚ ਅੰਧੇਰਾ ਸੀ ਤੇ ਪਤੀ ਪਤਨੀ ਨੇ ਸੋਚਿਆ ਕਿਵੇਂ ਕੱਢੀਏ, ਚਲੋ ਇਹਨੂੰ ਕਹਿੰਦੇ ਆ ਤੂੰ ਨਿਕਲ ਜਾ। ਦੋਵੇਂ ਉੱਚੀ ਉੱਚੀ ਆਵਾਜ਼ ਚ ਕਹਿਣ ਲੱਗੇ, ਅੰਧੇਰੇ ਤੂੰ ਨਿਕਲ ਜਾ ਸਾਡੇ ਘਰੋਂ, ਨਿਕਲ ਜਾ। ਨਹੀਂ ਨਿਕਲਿਆ। ਪਤਨੀ ਕਹਿੰਦੀ ਹੈ ਡਾਂਗ ਚੁੱਕ ਲਓ, ਕੁੱਟੋ ਇਹਨੂੰ, ਮਾਰੋ, ਇਹ ਗੱਲਾਂ ਨਾਲ ਨਿਕਲਣ ਵਾਲਾ ਨਹੀਂ ਹੈ। ਦੋਹਾਂ ਨੇ ਡਾਂਗਾਂ ਚੁੱਕ ਲਈਆਂ, ਮਾਰਨ ਲੱਗੇ, ਮਾਰਦਿਆਂ ਮਾਰਦਿਆਂ ਹੱਥ ਥੱਕ ਗਏ, ਟੁੱਟ ਗਏ। ਉਹਨਾਂ ਦੀ ਛੋਟੀ ਲੜਕੀ ਕਹਿਣ ਲੱਗੀ ਬਾਪੂ ਇਹ ਸੋਟੀਆਂ ਨਾਲ ਨਹੀਂ ਨਿਕਲੇਗਾ, ਇਹ ਧੁੱਲਣ ਨਾਲ ਨਿਕਲੇਗਾ, ਧੁਲਾਈ ਕਰ ਦੇਣੇ ਆ। ਤੂੰ ਪਾਣੀ ਪਾਉਣ ਲੱਗੇ ਤੇ ਝਾੜੂ ਮਾਰਨ ਲੱਗੇ, ਚਲੋ ਇਹਨੂੰ ਇੰਜ ਬਾਹਰ ਕੱਢਦੇ ਆ। ਡੋਲ ਡੋਲ ਕੇ ਪਾਣੀ ਵੀ ਥੱਕ ਗਏ, ਝਾੜੂ ਦੇ ਦੇ ਕੇ ਵੀ ਥੱਕ ਗਏ, ਹਨੇਰਾ ਤੇ ਨਾ ਨਿਕਲੇ, ਡਾਂਗਾ ਮਾਰ ਮਾਰ ਕੇ ਵੀ ਥੱਕ ਗਏ, ਟੁੱਟ ਗਏ, ਅੰਧੇਰਾ ਤੇ ਨਾ ਨਿਕਲਿਆ। ਆਵਾਜ਼ਾਂ ਮਾਰ ਮਾਰ ਕੇ ਵੀ ਥੱਕ ਗਏ, ਗਲਾ ਪਾੜ ਪਾੜ ਕੇ ਵੀ ਥੱਕ ਗਏ, ਔਰ ਗਲਾ ਬੈਠ ਗਿਆ, ਅੰਧੇਰਾ ਤੇ ਨਾ ਨਿਕਲਿਆ। ਇੱਕ ਸੰਤ ਲੰਘੇ ਜਾ ਰਹੇ ਸਨ, ਉਹਨਾਂ ਨੇ ਇਹਨਾਂ ਦੇ ਘਰ ਵਿੱਚ ਅੱਧੀ ਰਾਤ ਨੂੰ ਹਰਕਤ ਦੇਖ ਕੇ ਪੁੱਛ ਲਿਆ, ਕੀ ਕਰ ਰਹੇ ਹੋ? ਅੰਧੇਰੇ ਨੂੰ ਕੱਢ ਰਿਹਾ, ਕੱਢਦਿਆਂ ਕੱਢਦਿਆਂ ਥੱਕ ਗਏ, ਬੜਾ ਤਾਕਤਵਰ ਹੈ, ਬੜਾ ਸ਼ਕਤੀਸ਼ਾਲੀ ਹੈ, ਆਵਾਜ਼ਾਂ ਨਾਲ ਤੇ ਨਹੀਂ ਨਿਕਲਿਆ ਸੀ, ਡਾਂਗਾਂ ਮਾਰੀਆਂ ਇਹਨੂੰ, ਇਹ ਡਾਂਗਾਂ ਨਾਲ ਵੀ ਨਹੀਂ ਨਿਕਲਿਆ, ਬੜੀ ਧੁਲਾਈ ਕੀਤੀ ਹੈ, ਇਹਦੀ ਬੁਹਾਰੀ ਦਿੱਤੀ ਹੈ, ਇਹ ਉਦੋਂ ਵੀ ਨਹੀਂ ਨਿਕਲਿਆ, ਥੱਕ ਗਿਆ ਸੀ, ਟੁੱਟ ਗਿਆ ਸੀ। ਉਸ ਸੰਤ ਨੇ ਜੇਬ ਚੋਂ ਮੋਮਬੱਤੀ ਕੱਢੀ, ਇੰਜ ਜਲਾਈ, ਗਿਆ ਅੰਧੇਰਾ। ਇੰਨਾ ਸੌਖਾ ਕੰਮ, ਅੰਧੇਰਾ, ਨਾ ਡਾਂਗਾਂ ਮਾਰਨੀਆਂ ਪਈਆਂ, ਨਾ ਧੁਲਾਈ ਕਰਨੀ ਪਈ, ਨਾ ਉੱਚਾ ਉੱਚਾ ਕੂਕ ਕੇ ਆਖਣਾ ਪਿਆ ਨਿਕਲ ਜਾ ਨਿਕਲ ਜਾ, ਅੰਧੇਰਾ ਤੇ ਚਲਾ ਗਿਆ। ਮਹਾਰਾਜ ਦੀ ਬਾਣੀ ਕਹੀਏ, ਦੀਵਾ ਬਲੇ ਅੰਧੇਰਾ ਜਾਏ, ਬੇਦ ਪਾਟ ਮਤ ਪਾਪਾਂ ਖਾ। ਜੈਸੇ ਦੀਵਾ ਜਲਾਈਏ ਤੇ ਅੰਧੇਰਾ ਚਲਾ ਜਾਂਦਾ, ਜਿਵੇਂ ਗਿਆਨ ਦਾ ਪਾਠ ਕਰੀਏ, ਪਰਮਾਤਮਾ ਦੇ ਉਹ ਬੋਲ ਜਿਹਦੇ ਚ ਪਰਮਾਤਮਾ ਦਾ ਨਾਮ ਹੈ, ਗਿਆਨ ਹੈ, ਦੋਹਰਾਈ ਹੈ, ਪਾਪ ਚਲੇ ਜਾਂਦੇ ਨੇ, ਦੁੱਖ ਚਲੇ ਜਾਂਦੇ ਨੇ। ਬੜੇ ਧਿਆਨ ਨਾਲ ਸੁਣਨਾ ਹੈ ਦੋ ਪੰਕਤੀਆਂ। ਦੀਵਾ ਬਲੇ ਅੰਧੇਰਾ ਜਾਏ, ਬੇਦ ਪਾਠ ਮਤ ਪਾਪਾਂ ਖਾਏ। ਗਿਆਨ ਨਾਲ ਭਰੇ ਹੋਏ ਗ੍ਰੰਥਾਂ ਦਾ ਪਾਠ,
ਇਸ ਤਰ੍ਹਾਂ ਪਾਪ ਨੂੰ ਖਾ ਜਾਂਦਾ ਹੈ ਜਿਵੇਂ ਜਲਦਾ ਹੋਇਆ ਦੀਵਾ ਹਨੇਰੇ ਨੂੰ ਖਾ ਜਾਂਦਾ ਹੈ। ਤੇ ਤੁਸੀਂ ਆਖੋਗੇ ਪਾਠ ਤੇ ਅਸੀਂ ਬੜੇ ਕੀਤੇ ਨੇ, ਕਰ ਰਹੇ ਹਾਂ, ਖੇਡ ਤੇ ਨਹੀਂ ਬਣਦੇ, ਖੇਡ ਤੇ ਨਹੀਂ ਬਣਦੇ। ਇਹਦੇ ਚ ਦੱਸ ਦਿੱਤਾ ਹੈ ਇੱਕ ਸ਼ਬਦ ਲਿਵ ਲਾ, ਲਿਵ ਜੁੜ ਕੇ ਪਾਠ ਕਰੇ, ਸੁਰਤ ਨੂੰ ਜੋੜ ਕੇ ਪਾਠ ਕਰੇ ਤਾਂ ਜਾ ਕੇ ਖੇਡ ਜੋ ਹੈ ਬਣਦੀ ਹੈ। ਵੱਟ ਹੋਵੇ ਤੇਲ ਹੋਵੇ ਤਾਂ ਦੀਵਾ ਜਲਦਾ ਹੈ, ਨਿਰੀ ਵੱਟ ਹੈ ਤਾਂ ਵੀ ਨਹੀਂ ਜਲੇਗਾ, ਨਿਰਾ ਤੇਲ ਹੈ ਤਾਂ ਵੀ ਨਹੀਂ ਜਲੇਗਾ। ਦੋਵਾਂ ਦਾ ਸੰਯੋਗ ਚਾਹੀਦਾ ਹੈ, ਸ਼ਬਦ ਸੁਰਤ ਦਾ ਸੰਯੋਗ ਚਾਹੀਦਾ। ਕਿਸੇ ਦੇ ਚ ਜਨਮ ਲੱਗ ਜਾਂਦੇ ਨੇ, ਇਹਦੇ ਚ ਬੜਾ ਸਮਾਂ ਲੱਗ ਜਾਂਦਾ ਹੈ, ਕਰਦਿਆਂ ਕਰਦਿਆਂ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ, ਖੇਡ ਤੇ ਇਤਨੀ ਹੈ। ਬੁੱਲਿਆ ਰੱਬ ਦਾ ਕੀ ਪਾਣਾ, ਇਧਰੋਂ ਪੁੱਟਣਾ ਇਧਰੋਂ ਲਾਣਾ। ਜਿਸ ਦਿਨ ਇਹ ਦੀਵਾ ਜਲ ਪੈਂਦਾ ਹੈ ਉਦੋਂ ਹਾਸੋਹੀਣੀ ਗੱਲ ਇੱਕ ਪ੍ਰਤੀਤ ਆਉਂਦੀ ਹੈ, ਐਵੇਂ ਸਮਾਂ ਅਜਾਈ ਗਵਾਇਆ, ਐਵੇਂ ਜ਼ਿੰਦਗੀ ਅਜਾਈ ਗਵਾਈਏ। ਤੇ ਇਤਨਾ ਸੌਖਾ ਕੰਮ ਸੀ। ਬੜੇ ਧਿਆਨ ਨਾਲ ਸੁਣਨਾ, ਜਿਤਨਾ ਸੌਖਾ ਕੰਮ ਹੈ ਪਰਮਾਤਮਾ ਨੂੰ ਪ੍ਰਾਪਤ ਕਰਨਾ, ਇਤਨਾ ਸੌਖਾ ਹੋਰ ਕੋਈ ਕੰਮ ਨਹੀਂ। ਤੇ ਜਿਤਨਾ ਔਖਾ ਹੈ ਪਰਮਾਤਮਾ ਨੂੰ ਪ੍ਰਾਪਤ ਕਰਨਾ, ਇਤਨਾ ਔਖਾ ਵੀ ਹੋਰ ਕੋਈ ਨਹੀਂ। ਦੋਵੇਂ ਗੱਲਾਂ, ਦੋਵਾਂ ਗੱਲਾਂ ਜਦ ਤੱਕ ਸਮਝ ਨਹੀਂ, ਵਿੰਦ ਨਹੀਂ, ਜਾਣਨਾ ਨਹੀਂ, ਬ੍ਰਹਮ ਬਿੰਦੇ, ਜਿੰਨੇ ਚਿਰ ਤੱਕ ਬ੍ਰਹਮ ਦਾ ਬਿੰਦ ਨਹੀਂ ਹੈ, ਜਾਣਨਾ ਨਹੀਂ ਹੈ, ਸਮਝ ਨਹੀਂ ਹੈ, ਬਹੁਤ ਔਖਾ ਹੈ, ਬਹੁਤ ਔਖਾ ਹੈ, ਬਹੁਤ ਔਖਾ ਹੈ। ਗਲਤੀ ਤੇ ਗਲਤੀ ਕਰੀ ਜਾਏਗਾ, ਕਿਉਂ? ਸਮਝ ਨਹੀਂ ਹੈ। ਬੁਲਾਵੜੇ ਬੁੱਲੀ ਭੁੱਲ ਭੁੱਲ ਪੱਛੋ ਤਾਣੀ, ਭੁੱਲਾਂ ਕਰਦਾ ਜਾਏਗਾ, ਭੁੱਲਾਂ ਕਰਦਾ ਜਾਏਗਾ। ਭੁੱਲਾਂ ਮਨੁੱਖ ਕਰਦਾ ਹੈ, ਗਲਤੀਆਂ ਮਨੁੱਖ ਕਰਦਾ ਹੈ, ਸਮਾਜ ਦੇ ਨਾਂ ਤੇ, ਰਾਜਨੀਤੀ ਦੇ ਨਾਂ ਤੇ, ਧਰਮ ਦੇ ਨਾਂ ਤੇ ਗਲਤੀਆਂ ਤੇ ਚੱਲ ਰਹੀਆਂ ਨੇ। ਇਹਨੂੰ ਇੰਜ ਕਹਿ ਲਓ, ਰਾਜਨੈਤਿਕ ਗਲਤੀਆਂ, ਸਮਾਜਿਕ ਗਲਤੀਆਂ ਤੇ ਧਾਰਮਿਕ ਗਲਤੀਆਂ ਰੱਜ ਕੇ ਹੋ ਰਹੀਆਂ ਨੇ ਧਰਮ ਦੀ ਦੁਨੀਆਂ 'ਚ, ਗਲਤੀਆਂ ਹੀ ਗਲਤੀਆਂ। ਹੁਣ ਇਹਨਾਂ ਗਲਤੀਆਂ ਦੀ ਛਾਣ ਬੀਣ ਕਰੀਏ, ਕਿਤਨੇ ਗਲਤ ਕਰਮ ਹਰ ਮਜ਼ਹਬ ਦੇ ਚੱਲ ਰਹੇ ਨੇ, ਫਜ਼ੂਲ ਚੱਲ ਰਹੇ, ਨਿਕੰਮਾ ਬਹੁਤ ਚੱਲ ਰਹੇ, ਡਾਂਗਾਂ ਮਾਰੀਆਂ ਜਾ ਰਹੀਆਂ ਨੇ ਹਨੇਰੇ ਨੂੰ, ਆਵਾਜ਼ਾਂ ਮਾਰ ਕੇ ਕੱਢਣ ਦਾ ਯਤਨ ਕੀਤਾ ਜਾ ਰਿਹਾ ਹਨੇਰੇ ਨੂੰ, ਧੁਲਾਈ ਕੀਤੀ ਜਾ ਰਹੀ ਹੈ ਹਨੇਰੇ ਨੂੰ। ਧੁੱਲਦਾ ਨਹੀਂ, ਥੱਕਦੇ ਨੇ, ਟੁੱਟਦੇ ਨੇ, ਫਿਰ ਕਹਿ ਦਿੰਦੇ ਨੇ ਸਾਡੇ ਵੱਸ ਦੀ ਗੱਲ ਨਹੀਂ ਹਨੇਰੇ ਨੂੰ ਕੱਢਣਾ, ਅਸੀਂ ਤੇ ਥੱਕ ਗਏ, ਅਸੀਂ ਤੇ ਥੱਕ ਗਏ। ਧਰਮ ਦੀ ਦੁਨੀਆਂ 'ਚ ਇਹੀ ਕਹਿੰਦੇ ਨੇ, ਕਰ ਕਰਕੇ ਤੇ ਥੱਕ ਗਏ। ਹੁਣ ਇਹ ਦੋਵੇਂ ਸ਼ਬਦ ਮੈਂ ਇਕੱਠੇ ਕਹਿ ਦਿਆਂ, ਜਿਤਨਾ ਸੌਖਾ ਹੈ ਪਰਮਾਤਮਾ ਨੂੰ ਪ੍ਰਾਪਤ ਕਰਨਾ ਰੂਹੇ ਜ਼ਮੀਨ ਤੇ, ਇਤਨਾ ਸੌਖਾ ਕੋਈ ਕੰਮ ਨਹੀਂ ਹੈ। ਕੋਈ ਵੀ ਚੀਜ਼ ਇੱਕ ਸੈਕਿੰਡ ਵਿੱਚ ਨਹੀਂ ਮਿਲ ਸਕਦੀ। ਇੱਕ ਬਹੁਤ ਵੱਡਾ ਮਕਾਨ ਬਣਾਉਣਾ ਹੈ, ਇੱਕ ਸੈਕਿੰਡ ਵਿੱਚ ਬਣ ਸਕਦਾ? ਇੰਜੀਨੀਅਰ ਬਣਨਾ ਹੈ, ਵਕੀਲ ਬਣਨਾ ਹੈ, ਡਾਕਟਰ ਬਣਨਾ ਹੈ, ਇੱਕ ਸੈਕਿੰਡ ਵਿੱਚ ਮੈਂ ਬਣ ਸਕਦਾ?
18-20 ਸਾਲ ਪੜ੍ਹਾਈ ਤੇ ਕਰਨੇ ਪੈ ਗਏ ਨਾ, ਪ੍ਰਾਇਮਰੀ ਸਕੂਲ, ਹਾਈ ਸਕੂਲ, ਫਿਰ ਕਾਲਜ, ਫਿਰ ਮੈਡੀਕਲ ਕਾਲਜ, ਉੱਥੇ ਪੜ੍ਹਾ। ਜ਼ਿੰਦਗੀ ਦਾ ਬਹੁਤ ਸਾਰਾ ਸਮਾਂ ਲਾਉਣਾ ਪਏਗਾ, ਤਾਂ ਕਿਧਰੇ ਮੈਂ ਇੰਜੀਨੀਅਰ ਬਣਾਂਗਾ, ਡਾਕਟਰ ਬਣਾਂਗਾ। ਕਿਆ ਬਹੁਤ ਵੱਡੀ ਲੰਬੀ ਯਾਤਰਾ ਇੱਕ ਸੈਕਿੰਡ ਦੇ ਚ ਹੋ ਸਕਦੀ ਹੈ? ਭਾਵੇਂ ਆਵਾਜ਼ ਤੋਂ ਵੀ ਤਿੱਖੇ ਹੈ, ਹਵਾਈ ਜਹਾਜ਼ ਬਣ ਚੁੱਕੇ ਨੇ, ਪਰ ਫਿਰ ਵੀ ਇੱਥੋਂ ਨਿਊਯਾਰਕ ਜਾਣਾ ਹੋਵੇ 24 ਘੰਟੇ 30 ਘੰਟੇ ਤੇ ਲੱਗਦੇ ਹੀ ਨੇ, ਲੱਗਦੇ ਹੀ ਨੇ, ਭਾਵੇਂ ਹਵਾਈ ਜਹਾਜ਼ ਨੇ। ਇੱਕ ਸੈਕਿੰਡ ਦੇ ਚ ਲੰਬੀ ਯਾਤਰਾ ਨਹੀਂ ਹੋ ਸਕਦੀ। ਇੱਕ ਸੈਕਿੰਡ ਦੇ ਚ ਮੈਂ ਕੋਈ ਬਹੁਤ ਵੱਡਾ ਮਕਾਨ ਨਹੀਂ ਬਣਾ ਸਕਦਾ। ਇੱਕ ਸੈਕਿੰਡ ਦੇ ਚ ਮੈਂ ਕੋਈ ਬਹੁਤ ਵੱਡਾ ਕਾਰੋਬਾਰ ਨਹੀਂ ਖੋਲ ਸਕਦਾ। ਇੱਕ ਸੈਕਿੰਡ ਦੇ ਚ ਕੋਈ ਮੈਂ ਬਹੁਤ ਮਹਾਨ ਵੱਡੀ ਵਿਦਿਆ ਹਾਸਲ ਨਹੀਂ ਕਰ ਸਕਦਾ। ਇੱਕ ਸੈਕਿੰਡ ਦੇ ਚ ਮੈਂ ਪਰਮਾਤਮਾ ਨੂੰ ਪ੍ਰਾਪਤ ਕਰ ਸਕਦਾ, ਪਰਮਾਤਮਾ ਇੱਕ ਸੈਕਿੰਡ ਦੇ ਚ, ਇੱਕ ਸੈਕਿੰਡ, ਇੱਕ ਚਿੱਤ ਜੈ ਇੱਕ ਛਿੰਨ ਧਿਆਇਓ। ਚਿੱਤ ਇੱਕ ਹੋ ਗਿਆ, ਦੁਫਾੜ ਨਹੀਂ ਹੈ। ਦੁਫਾੜ ਦਾ ਮਤਲਬ ਹੈ ਭੂਤਕਾਲ ਦੀਆਂ ਯਾਦਾਂ ਚ, ਭਵਿਸ਼ ਦੀ ਚਿੰਤਾ ਚ, ਨਾ ਭੂਤਕਾਲ ਦੀਆਂ ਯਾਦਾਂ ਨਾ ਭਵਿਸ਼ ਦੀਆਂ ਚਿੰਤਾ, ਮਨ ਇੱਕ ਹੋ ਗਿਆ। ਇੱਕ ਸ਼ਬਦ ਲਿਵਲਾ ਹੈ, ਇਹ ਪ੍ਰਾਪਤੀ ਇੱਕ ਸੈਕਿੰਡ ਦੇ ਚ ਹੋ ਜਾਂਦੀ। ਹੁਣ ਤੁਸੀਂ ਦੱਸੋ, ਮਹਾ ਆਨੰਦ, ਮਹਾ ਸ਼ਕਤੀ, ਮਹਾ ਰਸ, ਜੀਵਨ ਦਾ ਸਾਰ ਇੱਕ ਸੈਕਿੰਡ ਦੇ ਚ ਪ੍ਰਾਪਤ ਹੁੰਦਾ, ਇੱਕ ਸੈਕਿੰਡ ਦੇ ਚ। ਮਨ ਸਮੇਂ ਦੇ ਚ ਭਟਕਦਾ ਰਹਿੰਦਾ, ਕਾਲ ਦੇ ਚ ਭਟਕਦਾ ਰਹਿੰਦਾ, ਪਤਾ ਨਹੀਂ ਕਿਤਨੇ ਜਨਮਾਂ ਤੋਂ ਭਟਕ ਰਿਹਾ, ਔਰ ਉੱਕੀ ਨਹੀਂ ਟਿਕਦਾ, ਨਾ ਪਾਠ ਕਰਦਿਆਂ ਟਿਕਦਾ, ਨਾ ਸਤਸੰਗ ਦੇ ਚ ਟਿਕਦਾ, ਨਾ ਦੁਕਾਨ ਤੇ ਟਿਕਦਾ, ਨਾ ਪਰਿਵਾਰ ਦੇ ਚ। ਹਰ ਵਕਤ ਦੁਫਾੜ ਆਉਂਦਾ, ਹਰ ਵਕਤ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਚਲਾ ਜਾਂਦਾ, ਆਉਣ ਵਾਲੇ ਸਮੇਂ ਦੀ ਚਿੰਤਾ ਚਲਾ ਜਾਂਦਾ। ਮੱਥਾ ਦੱਸ ਦਿੰਦਾ ਹੁਣ ਇਹ ਚਿੰਤਾ ਕਰ ਰਿਹਾ, ਭਵਿਸ਼ ਦੇ ਚਲਾ ਗਿਆ। ਮਸਤਕ ਦੱਸ ਦਿੰਦਾ ਹੁਣ ਭੂਤਕਾਲ ਦੀਆਂ ਯਾਦਾਂ ਦੇ ਚ। ਚਲੋ ਇਹਦਾ ਵੀ ਥੋੜਾ ਖੁਲਾ ਸਮੇਂ ਰੱਖਦੇ ਹਾਂ। ਯਾਦਾਂ ਦੇ ਚ ਕੀ ਆਉਂਦਾ, ਕੀ ਆਉਂਦਾ, ਕਿਉਂ ਭੂਤਕਾਲ ਦੀਆਂ ਯਾਦਾਂ ਚਲਾ ਜਾਂਦਾ? ਗੁਜ਼ਰੇ ਹੋਏ ਸਮੇਂ ਦੇ ਚ ਕੁਛ ਮਿਲਿਆ ਸੀ, ਕੁਛ ਮਨ ਭਾਉਂ ਦਾ ਮਿਲਿਆ ਸੀ, ਜੋ ਮਨ ਨੇ ਚਾਹਿਆ ਸੀ ਮਿਲ ਗਿਆ ਸੀ, ਬੜੀ ਖੁਸ਼ੀ ਹੋਈ, ਬੜੀ ਖੁਸ਼ੀ ਹੋਈ, ਯਾਦ ਆਉਂਦੀ ਹੈ, ਉਹ ਯਾਦ ਆਉਂਦੀ ਹੈ, ਫਿਰ ਵਿਛੜ ਗਿਆ। ਜਗਤ ਵਿੱਚ ਐਸਾ ਕੁਛ ਵੀ ਨਹੀਂ ਜੋ ਮਿਲ ਕੇ ਨਾ ਵਿਛੜੇ। ਮਿਲਦੀ ਹੈ ਜਵਾਨੀ, ਚਲੀ ਜਾਂਦੀ ਹੈ, ਮਿਲਦਾ ਹੈ ਜੀਵਨ, ਚਲਾ ਜਾਂਦਾ, ਤੋ ਬਾਕੀ ਕੀ ਹਮੇਸ਼ਾ ਰਹੇਗਾ? ਮਿਲਿਆ ਜੀਵਨ, ਚਲਾ ਜਾਏਗਾ, ਮਿਲੀ ਜਵਾਨੀ, ਚਲੀ ਜਾਏਗੀ। ਇਸ ਵਾਸਤੇ ਧਰਮ ਕਹਿੰਦਾ ਕੋਈ ਮਿਲੇ ਨੇ ਸੁੱਖ ਚਲੇ ਜਾਣਗੇ, ਨਹੀਂ ਰਹਿਣਗੇ, ਹੋਇਆ ਇਹ ਦਿਨ ਨਹੀਂ ਰਹੇਗਾ, ਰਾਤ ਆ ਜਾਏਗੀ, ਹੋਈ ਹੈ ਰਾਤ ਨਹੀਂ ਰਹੇਗੀ, ਦਿਨ ਹੋ ਜਾਏਗਾ,
ਜੀਵਨ ਭਰ ਸੁੱਖ ਦੁੱਖ ਦੇ ਚ ਬਦਲਦੇ ਰਹਿਣਗੇ, ਦੁੱਖ ਸੁੱਖ ਦੇ ਚ ਬਦਲਦਾ ਰਹੇ ਜੀਵਨ ਭਰ, ਦੁੱਖ ਸੁੱਖ ਦੇ ਚ ਬਦਲ ਜਾਏ ਮਨੁੱਖ ਦੀ ਚਾਹਤ ਹੈ, ਸੁੱਖ ਦੁੱਖ ਦੇ ਚ ਨਾ ਬਦਲੇ ਇਹ ਮਨੁੱਖ ਦੀ ਮੰਗ ਨਹੀਂ ਹੈ। ਰਾਤ ਦਿਨ ਦੇ ਚ ਬਦਲ ਜਾਏ ਇਹ ਤੇ ਮੰਗ ਹੈ, ਪਰ ਦਿਨ ਰਾਤ ਦੇ ਚ ਨਾ ਬਦਲੇ ਇਹ ਕਿਸ ਤਰ੍ਹਾਂ ਹੋ ਸਕਦਾ? ਇੱਕ ਦੇ ਤੂੰ ਤਬਦੀਲੀ ਚਾਹੁੰਦਾ, ਦੂਜੇ ਚ ਨਹੀਂ ਚਾਹੁੰਦਾ। ਮੌਸਮੇ ਬਹਾਰ ਹੈ ਫਿਰ ਮੌਸਮੇ ਖਿਜ਼ਾਂ ਹੈ, ਪਤਝੜ ਦੀ ਰੁੱਤ ਹੈ, ਦਿਨ ਹੈ ਰਾਤ ਹੈ। ਭੂਤ ਕਾਲ ਦੀਆਂ ਯਾਦਾਂ ਇਹਦੇ ਚ ਦੁੱਖ ਸੁੱਖ ਦੀਆਂ ਯਾਦਾਂ ਨੇ, ਹੋਰ ਕੁਛ ਨੇ। ਕੁਛ ਮਿਲਿਆ ਸੀ ਮਨ ਬਾਉਂਦਾ, ਬੜਾ ਮਨ ਖੁਸ਼ ਹੋਇਆ ਸੀ, ਯਾਦ ਆਉਂਦਾ ਫਿਰ ਵਿਛੜ ਗਿਆ। ਕੁਛ ਵੀ ਵਿਛੜ ਗਿਆ, ਸੱਜਣ ਵਿਛੜ ਗਿਆ, ਮਿੱਤਰ ਵਿਛੜ ਗਿਆ, ਧਨ ਸੰਪਦਾ ਚਲੀ ਗਈ, ਮਾਣ ਮਰਿਆਦਾ ਚਲੀ ਗਈ, ਇੱਜ਼ਤ ਚਲੀ ਗਈ, ਪ੍ਰਤਿਸ਼ਠਾ ਚਲੀ ਗਈ, ਪ੍ਰਭਤਾ ਚਲੀ ਗਈ। ਮੈਂ ਅਰਜ਼ ਕਰਾਂ ਕੁਛ ਵੀ ਮਿਲਿਆ ਮਨੁੱਖ ਨੂੰ ਇਹ ਨਹੀਂ ਸਮਝਣਾ ਚਾਹੀਦਾ ਹਮੇਸ਼ਾ ਹੋਵੇਗਾ, ਨਹੀਂ ਹੈ। ਜੋ ਸਮੇਂ ਵਿੱਚ ਮਿਲਿਆ ਸਮਾਂ ਖੋ ਲਵੇਗਾ। ਜੋ ਇਸ ਤਰ੍ਹਾਂ ਜਾਣਦਾ ਹੈ ਉਹ ਸੰਸਾਰ ਨੂੰ ਜਾਣਦਾ ਹੈ, ਔਰ ਪਹਿਲਾ ਕਦਮ ਹੈ ਸੰਸਾਰ ਨੂੰ ਜਾਣਨਾ, ਇਹ ਸੰਸਾਰ ਦਾ ਨਿਯਮ ਹੈ। ਸਮੇਂ ਵਿੱਚ ਜੋ ਮਿਲਦਾ ਹੈ ਸਮਾਂ ਖੋ ਲੈਂਦਾ ਹੈ, ਸਦਾ ਨਹੀਂ ਰਹਿਣ ਦੇਣਾ, ਨਹੀਂ ਰਹਿਣ ਦੇਣਾ। ਮਨ ਚਲਾ ਜਾਂਦਾ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਵਿੱਚ, ਕੁਝ ਮਿਲਿਆ ਸੀ ਖੁਸ਼ੀ ਯਾਦ ਆਉਂਦੀ ਹੈ, ਫਿਰ ਖੋ ਗਿਆ ਗਮ ਯਾਦ ਆਉਂਦਾ, ਦੁੱਖ ਯਾਦ ਆਉਂਦਾ। ਯਾਦਾਂ ਵਿੱਚ ਕੀ ਆਉਂਦਾ ਹੈ? ਦਿਨ ਤੇ ਰਾਤ। ਯਾਦਾਂ ਵਿੱਚ ਕੀ ਆਉਂਦਾ ਹੈ? ਦੁੱਖ ਤੇ ਸੁੱਖ। ਹੋਰ ਕੀ ਆਉਂਦਾ? ਹੋਰ ਕਿਸ ਨੂੰ ਯਾਦ ਕਰਦੇ ਹੋ? ਸਾਰੀ ਦੁਨੀਆਂ ਸੁੱਖਾਂ ਨੂੰ ਯਾਦ ਕਰਦੀ ਹੈ, ਦੁੱਖਾਂ ਨੂੰ ਯਾਦ ਕਰ, ਦੁੱਖ ਵੀ ਯਾਦ ਆਉਂਦੇ। ਬਲਕਿ ਕੁਛ ਮਨੋ ਚਿੰਤਕ ਤੇ ਐਸਾ ਕਹਿੰਦੇ ਨੇ ਸੁੱਖਾਂ ਨਾਲੋਂ ਵੀ ਦੁੱਖ ਜ਼ਿਆਦਾ ਯਾਦ ਆਉਂਦੇ ਨੇ, ਮਿੱਤਰ ਨਾਲੋਂ ਵੀ ਦੁਸ਼ਮਣ ਜ਼ਿਆਦਾ ਯਾਦ ਆਉਂਦਾ। ਮੇਰੇ ਨਾਲ ਇੱਕ ਸੱਜਣ ਸਨ, ਉਹ ਬਾਰ ਬਾਰ ਆਪਣੇ ਇੱਕ ਦੁਸ਼ਮਣ ਦੀ ਗੱਲ ਕਰਨ, ਇੱਧਰ ਉੱਧਰ ਵੱਲ ਛਲ ਕਰਕੇ ਗੱਲ ਕਰਕੇ ਫਿਰ ਉਹਦੀ ਲਿਆ। ਪੰਜ ਸੱਤ ਦਿਨ ਇਸ ਤਰ੍ਹਾਂ ਹੋਇਆ, ਮੈਂ ਕਿਹਾ ਤੁਹਾਡੇ ਕੋਈ ਮਿੱਤਰ ਵੀ ਹੋਣਗੇ, ਮਿੱਤਰ ਦੀ ਗੱਲ ਨਹੀਂ ਕਰਦੇ, ਥੋੜ੍ਹੀ ਬਹੁਤ ਕਰਦੇ, ਫਿਰ ਦੁਸ਼ਮਣ ਦੀ ਗੱਲ, ਫਿਰ ਦੁਸ਼ਮਣ ਦੀ ਗੱਲ। ਬਾਰ ਬਾਰ ਜੋ ਮਨੋ ਚਿੰਤਕ ਕਹਿੰਦੇ ਨੇ, ਇਹਦਾ ਮੈਂ ਪ੍ਰਤੱਖ ਰੂਪ ਦੇਖਿਆ, ਇਤਨਾ ਸੁੱਖ ਯਾਦ ਨਹੀਂ ਆਉਂਦਾ ਜਿਤਨੇ ਦੁੱਖ ਯਾਦ ਆਉਂਦੇ, ਇਤਨਾ ਮਿੱਤਰ ਯਾਦ ਨਹੀਂ ਆਉਂਦਾ ਜਿਤਨਾ ਦੁਸ਼ਮਣ ਯਾਦ ਆਉਂਦਾ। ਕਾਰਨ ਦੁੱਖ ਚੋਟ ਬਹੁਤ ਗਹਿਰੀ ਪਹੁੰਚਾ ਦਿੰਦੇ ਨੇ, ਮਿੱਤਰ ਇਤਨੀ ਗਹਿਰੀ ਖੁਸ਼ੀ ਨਹੀਂ ਦਿੰਦਾ ਜਿਤਨਾ ਦੁਸ਼ਮਣ ਗਹਿਰੀ ਚੋਟ ਪਹੁੰਚਾ ਜਾਂਦਾ। ਇਸ ਵਾਸਤੇ ਮਿੱਤਰ ਨਾਲੋਂ ਦੁਸ਼ਮਣ ਯਾਦਾ ਯਾਦ ਆਉਂਦਾ, ਸੁੱਖ ਨਾਲੋਂ ਦੁੱਖ ਜ਼ਿਆਦਾ ਯਾਦ ਆਉਂਦੇ ਨੇ। ਵਿਦਵਾਨ ਕਹਿੰਦੇ ਨੇ ਸੁੱਖ ਤੇ ਉਥਲੇ ਨੇ, ਉੱਪਰ ਉੱਪਰ ਨੇ, ਉਥਲਾ ਪਾਣੀ ਹੈ, ਦੁੱਖ ਬਹੁਤ ਗਹਿਰਾ ਪਾਣੀ ਹੈ। ਇਹਦੇ ਉੱਤੇ ਇੱਕ ਮਹਾਨ ਸ਼ਾਇਰ ਨੇ ਆਪਣਾ ਅਨੁਭਵ ਇੰਝ ਵਿਅਕਤ ਕੀਤਾ ਹੈ,
ਮਨੁੱਖ ਹੱਸ ਰਿਹਾ ਹੋਵੇ ਤੇ ਉਹਨੂੰ ਇਤਨਾ ਕਹਿ ਦਈਏ ਨਾ ਹੱਸ, ਬਸ ਹਾਸਾ ਬੰਦ ਹੋ ਜਾਂਦਾ, ਇਕਦਮ ਐਮਰਜੈਂਸੀ ਬ੍ਰੇਕ ਲੱਗ ਜਾਂਦੀ, ਇਕਦਮ ਰੁਕ ਜਾਂਦਾ। ਪਰ ਕੋਈ ਰੋ ਰਿਹਾ ਤੇ ਰੋਣਾ ਤੇ ਵਿਛੋੜੇ ਚ ਨਿਕਲਦਾ। ਮਿੱਤਰ ਦਾ ਵਿਛੋੜਾ, ਪੁੱਤਰ ਦਾ ਵਿਛੋੜਾ, ਪਰਿਵਾਰ ਦਾ ਵਿਛੋੜਾ, ਧਨ ਸੰਪਦਾ ਦਾ ਵਿਛੋੜਾ, ਸਿਹਤ ਦਾ ਵਿਛੋੜਾ, ਇੱਜ਼ਤ ਮਾਣ ਮਰਿਆਦਾ ਦਾ ਵਿਛੋੜਾ, ਵਿਛੋੜਾ ਤੜਪਾਏਗਾ, ਰੁਲਾਏਗਾ। ਤੇ ਕੋਈ ਰੋ ਰਿਹਾ ਹੋਵੇ ਤੇ ਉਹਨੂੰ ਕਹਿ ਦਈਏ ਨਾ ਰੋ, ਰੋਣਾ ਇਕਦਮ ਨਹੀਂ ਥੰਮਦਾ। ਰੋਣੇ ਦੀ ਕੋਈ ਐਮਰਜੈਂਸੀ ਬ੍ਰੇਕ ਹੈ ਹੀ ਕੋਈ ਨਹੀਂ, ਇਹ ਵੀ ਮੈਂ ਹਾਸੇ ਦੀ ਹੈ, ਹੱਸ ਰਿਹਾ ਨਾ ਹੱਸ, ਇੰਨਾ ਕਹਿਣ ਨਾਲ ਹੀ ਹਾਸਾ ਬੰਦ। ਰੋ ਰਿਹਾ ਦਸ ਬੰਦੇ ਉਹਨੂੰ ਚੁੱਪ ਕਰਾਉਂਦੇ, ਨਾ ਰੋ ਨਾ ਰੋ ਨਾ ਰੋ। ਰੋਣਾ ਇਕਦਮ ਬੰਦ ਨਹੀਂ ਆਉਂਦਾ, ਥੰਮਤੇ ਥੰਮਤੇ ਥਮੇਂਗੇ ਆਸੂ, ਰੋਣਾ ਹੈ ਕੋਈ ਹੱਸੀ ਨਹੀਂ ਹੈ। ਇਹ ਹਾਸਾ ਥੋੜੀ ਹੈ ਕਿ ਮੈਂ ਇਕਦਮ ਰੋਕ ਲਵਾਂ, ਰੋਣਾ ਹੈ, ਵਕਤ ਲੱਗੇਗਾ। ਇਸ ਵਾਸਤੇ ਦੁੱਖ ਜਿਤਨੇ ਗਹਿਰੇ ਨੇ ਸੁੱਖ ਇਤਨੇ ਗਹਿਰੇ ਨਹੀਂ ਨੇ। ਦੁੱਖ ਬਹੁਤ ਗਹਿਰਾਈ ਨਾਲ ਚੋਟ ਪਹੁੰਚਾ ਜਾਂਦੇ ਨੇ। ਇਸ ਵਾਸਤੇ ਮਿੱਤਰ ਇਤਨਾ ਯਾਦ ਨਹੀਂ ਆਉਂਦਾ ਜਿਤਨਾ ਦੁਸ਼ਮਣ ਯਾਦ ਆਉਂਦਾ। ਯਾਦਾਂ ਵਿੱਚ ਕੀ ਆਉਂਦਾ ਮੂਲ ਰੂਪ ਦੇ, ਜਾਂ ਸੁੱਖ ਦੀਆਂ ਯਾਦਾਂ ਜਾਂ ਦੁੱਖ ਦੀਆਂ ਯਾਦਾਂ। ਜਾਂ ਮਨੁੱਖ ਦੁੱਖ ਨੂੰ ਯਾਦ ਕਰਦਾ ਜਾਂ ਸੁੱਖ ਨੂੰ। ਮਨ ਚਲਾ ਜਾਂਦਾ ਗੁਜ਼ਰੇ ਹੋਏ ਸਮੇਂ ਵਿੱਚ, ਜਾਂ ਇੰਝ ਕਹਿ ਲਓ ਮਨ ਚਲਾ ਜਾਂਦਾ ਦੁੱਖਾਂ ਵਿੱਚ ਸੁੱਖਾਂ ਵਿੱਚ। ਫਿਰ ਮਨ ਚਲਾ ਜਾਂਦਾ ਆਉਣ ਵਾਲੇ ਸਮੇਂ ਚ, ਆਉਣ ਵਾਲੇ ਸਮੇਂ ਦੀ ਚਿੰਤਾ, ਹੁਣ ਜਿਹੜਾ ਮੇਰੇ ਕੋਲ ਸੁੱਖ ਹੈ ਕਿਧਰੇ ਚਲਾ ਨਾ ਜਾਏ, ਚਿੰਤਾ ਚਿੰਤਾ ਇਹ ਚਿੰਤਾ। ਹੁਣ ਜੋ ਕੁਛ ਮੈਂ ਚਾਹੁੰਦਾ ਐਸਾ ਨਾ ਹੋਵੇ ਨਾ ਮਿਲੇ, ਚਿੰਤਾ। ਮਨ ਚਲਾ ਜਾਂਦਾ ਚਿੰਤਾ ਵਿੱਚ, ਮਨ ਚਲਾ ਜਾਂਦਾ ਦੁੱਖ ਸੁੱਖ ਦੇ ਵਿੱਚ। ਧਰਮ ਦੀ ਸਾਧਨਾ ਹੈ ਮਨ ਨੂੰ ਦੁੱਖ ਸੁੱਖ ਦੇ ਚੋਂ ਕੱਢਣਾ, ਮਨ ਨੂੰ ਚਿੰਤਾ ਦੇ ਚੋਂ ਕੱਢਣਾ। ਇਹ ਕਿਸ ਤਰ੍ਹਾਂ ਨਿਕਲੇ? ਇੱਕ ਸ਼ਬਦ ਲੇਵਲਾ, ਹੋਰ ਕੋਈ ਤਰੀਕਾ ਨਹੀਂ, ਕੋਈ ਤਰੀਕਾ ਹੀ ਨਹੀਂ ਹੈ। ਤੇ ਲਿਵ ਲਾਉਣ ਲੱਗਿਆ ਕੋਈ ਘੰਟਾ ਲੱਗਦਾ, 8 ਘੰਟੇ ਲੱਗਦੇ ਨੇ, ਇੱਕ ਸੈਕਿੰਡ। ਅੰਧੇਰੇ ਨੂੰ ਬਜਾਣ ਲੱਗਿਆ ਸਾਲਾਂ ਵਧੀ ਚਾਹੀਦੇ ਨੇ, ਨਹੀਂ, 50 ਸਾਲ ਦਾ ਵੀ ਅੰਧੇਰਾ ਕਿਸੇ ਕਮਰੇ ਦੇ ਚ ਹੈ, 1 ਸੈਕਿੰਡ ਦੇ ਚ ਨਸਾਇਆ ਜਾ ਸਕਦਾ, ਬਜਾਇਆ ਜਾ ਸਕਦਾ। ਕਈ ਜਨਮਾਂ ਦੇ ਪਾਪ, ਦੁੱਖ, ਸੰਤਾਪ ਨੇ 1 ਸੈਕਿੰਡ ਦੇ ਚ ਖਤਮ ਕੀਤੇ ਜਾ ਸਕਦੇ। ਹੁਣ ਮੈਂ ਫਿਰ ਦੁਹਰਾਵਾਂ, ਅਭਿਆਸੀ ਲੋਕ ਜ਼ਰੂਰ ਪਕੜ ਲੈਣਗੇ। ਜਿੰਨਾ ਸੌਖਾ ਹੈ ਕੰਮ ਪਰਮਾਤਮਾ ਨੂੰ ਪ੍ਰਾਪਤ ਕਰਨਾ, ਸੰਸਾਰ ਵਿੱਚ ਕਿਸੇ ਵੀ ਚੀਜ਼ ਨੂੰ ਪ੍ਰਾਪਤ ਕਰਨਾ ਇਤਨਾ ਸੌਖਾ ਨਹੀਂ, ਇਤਨਾ ਸੌਖਾ ਨਹੀਂ, ਔਖਾ ਹੈ। ਮਿਹਨਤ ਕਰਨੀ ਪੈਂਦੀ ਹੈ, ਕਦੇ ਮਿਹਨਤ ਕਰਨੀ ਪੈਂਦੀ ਹੈ ਤਾਂ ਜਾ ਕੇ ਕੁਛ ਪ੍ਰਾਪਤ ਹੁੰਦਾ ਹੈ। ਬਹੁਤ ਸੌਖਾ ਹੈ ਪਰਮਾਤਮਾ ਨੂੰ ਪ੍ਰਾਪਤ ਕਰਨਾ। ਸੰਸਾਰ ਦੇ ਵਿੱਚ ਕੁਛ ਪ੍ਰਾਪਤ ਕਰਨਾ ਹੋਵੇ 1 ਛਿਣ ਦੇ ਵਿੱਚ ਨਹੀਂ ਮਿਲਦਾ,
ਨਹੀਂ ਮਿਲਦਾ। ਬੜਾ ਸਮਾਂ ਲੱਗਦਾ ਹੈ ਤੇ ਬੜੇ ਯਤਨ ਕਰਨੇ ਪੈਂਦੇ ਨੇ, ਬਹੁਤ ਵਕਤ ਲੱਗਦਾ ਹੈ। ਜਿਤਨਾ ਸੌਖਾ ਹੈ ਪਰਮਾਤਮਾ ਨੂੰ ਪ੍ਰਾਪਤ ਕਰਨਾ, ਇਤਨਾ ਹੋਰ ਕੋਈ ਸੌਖਾ ਨਹੀਂ। ਤਾਂ ਹੀ ਤੇ ਬੁੱਲਾ ਕਹਿ ਰਿਹਾ, ਬੋਲਿਆ ਰੱਬ ਦਾ ਕੀ ਪਾਣਾ, ਇਹ ਕਿਹੜੀ ਗੱਲ ਹੈ, ਇਹ ਕੋਈ ਔਖੀ ਗੱਲ ਹੈ, ਇੰਜ ਕਹਿ ਰਹੇ। ਬੋਲਿਆ ਰੱਬ ਦਾ ਕੀ ਪਾਣਾ, ਇਧਰੋਂ ਪੁੱਟਣਾ ਤੇ ਇਧਰੋਂ ਲਾਣਾ, ਇੰਨੀ ਤੇ ਗੱਲ ਹੈ। ਪਰ ਇਧਰੋਂ ਪੁੱਟਣ ਲੱਗਿਆ ਉਧਰੋਂ ਲਾਣ ਲੱਗਿਆ ਪਤਾ ਨੀ ਕਿੰਨੇ ਜੀਵਨ ਲੱਗ ਜਾਂਦੇ ਨੇ, ਕਿਤਨੇ ਜਨਮ ਲੱਗ ਜਾਂਦੇ। ਪੁੱਟਿਆ ਹੀ ਨਹੀਂ ਜਾਂਦਾ ਕਈ ਦਫਾ ਤੇ ਮਨ ਉਖੜਦਾ ਹੀ ਨਹੀਂ। ਕੋਸ਼ਿਸ਼ ਕਰੀਏ ਦੁੱਖ ਦੀ ਯਾਦ ਵਿੱਚ ਇਹ ਮਨ ਤੋਂ ਨਿਕਲ, ਨਹੀਂ ਨਿਕਲਦਾ। ਆਵਾਜ਼ਾਂ ਮਾਰਦੇ ਨੇ ਮੇਰੇ ਪਾਤਸ਼ਾਹ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ, ਕਿ ਕਾਲ ਤੇਰਾ ਘਰ ਨਹੀਂ ਅਕਾਲ ਤੇਰਾ ਘਰ ਹੈ। ਪਰ ਮਨੁੱਖ ਹਿੰਮਤ ਨਹੀਂ ਕਰਦਾ। ਮੈਨੂੰ ਜਦ ਮਿਲਦੇ ਨੇ, ਠੀਕ ਹੈ ਬਾਬਾ ਅਤਰ ਸਿੰਘ ਜੀ ਹੋਏ, ਸਾਡੀ ਕਿਸਮਤ 'ਚ ਕਿੱਥੇ ਹੈ, ਹੋਏ ਬਾਬਾ ਕਰਮ ਸਿੰਘ ਜੋ ਹੈ ਮਰਦਾਨ ਵਾਲੇ, ਸੰਤ ਭਗਤ ਸਿੰਘ, ਬਾਬਾ ਭਾਗ ਸਿੰਘ ਹੋਏ, ਮੰਨ ਲੈਂਦੇ, ਸਾਡੀ ਕਿਸਮਤ 'ਚ ਕਿੱਥੇ। ਬੋੜ ਦਾ ਬੀਜ ਛੋਟਾ ਜਿਹਾ ਤੇ ਉਹਨੂੰ ਬੋੜ ਦੇ ਦਰਖਤ ਦੇ ਕੋਲੋਂ ਲੈ ਜਾਈਏ ਤੇ ਆਖੀਏ ਤੂੰ ਵੀ ਇਹ ਦਰਖਤ ਹੋ ਸਕਦਾ, ਹੋ ਸਕਦਾ। ਤੇ ਬੀਜ ਇਹ ਆਖੇ ਸਾਡੀ ਕਿਸਮਤ 'ਚ ਕਿੱਥੇ, ਅਸੀਂ ਕਿੱਥੇ ਹੋ ਸਕਦੇ। ਇਹ ਇੱਕ ਬੀਜ ਹੀ ਦਰਖਤ ਹੋਇਆ। ਕਿਸੇ ਨੇ ਆਪਣੇ ਬੀਜ ਨੂੰ ਬੋਇਆ ਹੈ, ਸ਼ਬਦ ਦੀ ਧਰਤੀ ਵਿੱਚ ਦਰਖਤ ਹੋ ਗਿਆ, ਸਾਇਆਦਾਰ ਹੋ ਗਿਆ, ਫੁੱਲਦਾਰ ਹੋ ਗਿਆ, ਫਲਾਂ ਵਾਲਾ ਹੋ ਗਿਆ। ਕਿਸੇ ਨੇ ਬੀਜ ਬੋਇਆ ਹੀ ਨਹੀਂ, ਆਪਣੇ ਹੱਥ 'ਚ ਰੱਖਿਆ। ਕੀ ਬੋਣਾ, ਬੜੀ ਮਿਹਨਤ ਹੈ, ਬੜੀ ਮਿਹਨਤ ਹੈ। ਇੱਕ ਬੀਜ ਹੀ ਤੇ ਕੋਲ ਹੈ, ਇਹ ਵੀ ਗਵਾ ਦਈਏ, ਇਹ ਵੀ ਗਵਾ ਦਈਏ, ਫਿਰ ਸਾਡੀ ਕਿਸਮਤ ਵਿੱਚ ਕਿੱਥੇ ਹੈ। ਇੰਨੇ ਗੁਨਾਹ ਕੀਤੇ ਨੇ, ਇਤਨੇ ਪਾਪ ਕੀਤੇ ਨੇ। ਯਕੀਨ ਜਾਣੋ, ਅਗਰ ਸਹੀ ਮਿਹਨਤ ਦਾ ਕੋਈ ਬ੍ਰਹਮ ਗਿਆਨੀ ਹੋਵੇਗਾ, ਉਹਨੇ ਤੁਹਾਨੂੰ ਇਹੀ ਕਹਿਣਾ ਹੈ, ਤੂੰ ਆਪਣੇ ਪਾਪਾਂ ਨੂੰ ਯਾਦ ਨਾ ਕਰ, ਪਤਤ ਪਾਵਨ ਨੂੰ ਯਾਦ ਕਰ। ਧੋਬੀ ਧੋਵੇ ਬਿਰੇ ਬਿਰਾਤਾ, ਰਾਮ ਨਾਮ ਵਾਕਾ ਮਨ ਰਾਤਾ। ਗੁਰੂ ਤੇ ਧੋਬੀ ਜੈ, ਤੂੰ ਦੇ ਉਹਨੂੰ ਕੱਪੜਾ ਧੋ ਕੇ ਸਾਫ ਨਿਰਮਲ ਕਰਕੇ ਤੈਨੂੰ ਦੇ ਦੇਗਾ, ਤੂੰ ਦੇ ਤੇ ਸਹੀ, ਇੱਕ ਸੈਕਿੰਡ ਦੇ ਸਾਫ ਕਰ ਦੇਗਾ।